ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84-270-1917। ਸੋ ਅੱਜ ਦੀ ਵੀਡੀਓ ਵਿੱਚ ਆਪਾਂ 3 ਗੱਭਣਾਂ ਅਤੇ 1 ਤਾਜ਼ੀ ਸੂਈ ਵੀ 4 ਨਾਗ ਸੇਲ ਆ, ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਨਾਮ ਐਡਰੈਸ ਦੱਸੋ ਆਪਣਾ। ਨਾਮ ਮਨਦੀਪ ਸਿੰਘ ਜੀ, ਪਿੰਡ ਚੀਮਾ, ਜ਼ਿਲ੍ਹਾ ਬਰਨਾਲਾ। ਮੋਬਾਈਲ ਨੰਬਰ ਜੀ 62-837-92-204। ਤੇ ਆਪਾਂ ਦਿਖਾਵਾਂਗੇ 4 ਬੈਣਾ, ਹੈ ਨਾ? ਪਹਿਲਾ ਨੰਬਰ ਜਿਹੜੀ ਸੂਈ ਸੂਏ ਬੈਠ ਦੇਖਦੇ ਕਦੋਂ ਸੂਈ ਆਈ? ਇਹ ਜੀ ਅੱਜ 12 ਵਜੇ ਸੂਈ ਆ, ਮੰਨ ਲਓ। ਜੇ ਅੱਜ ਰੋਕਿਆ? ਹਾਂ, ਜੇ ਰੋਕਿਆ, ਮੰਨ ਲਓ ਆਪਾਂ ਮਾਲਕਾਂ ਦੇ ਘਰੋਂ ਤੜਕੇ ਗੱਬਣ ਲਈ ਸੀ, ਉਹਨਾਂ ਦੇ ਘਰੇ ਸੂਪੀ, ਇਹਦਾ 5-6 ਕਿਲੋ ਬੋਲਾ ਕੱਢਿਆ ਜਾਂਦੇ ਹੱਥੀ। ਠੀਕ ਹੈ। ਹਾਂ, ਤੇ ਜੇਰ ਜਮਾ ਡਾਂਦਾ? ਜੇਰ ਜਮਾ ਡਾਂਦਾ। ਕਿੰਨਾ ਦੁੱਧ ਪਾ ਦੂਗੀ? ਦੁੱਧ ਮੇਰੇ ਹਿਸਾਬ ਨਾਲ ਪਲੂਣ ਦਾ 18 ਕਿਲੋ ਦਿੱਤਾ ਹੋਇਆ। ਠੀਕ ਹੈ। ਮੰਨ ਲਓ ਦੁੱਧ ਨੂੰ ਬਹੁਤ ਖਰੀ ਨਿਕਲਣੀ, ਇਹੋ ਜਿਹੀ ਗੱਲ ਨਹੀਂ ਹੈਗੀ। ਅੰਦਾਜ਼ਾ ਲਾਈਏ ਐਤਕੀ 20 ਦੇ ਲਵੇ ਲਾਉਣੇ ਹੈਗੇ ਕਿ ਨਹੀਂ? 20 ਦੇ ਨੇੜੇ ਹੈਗੀ ਆ, ਬਾਕੀ ਸੀਲ ਠੰਦੀ ਹੈ, ਜਵਾਬ ਤੁਸੀਂ ਚੱਲੇ ਕੁਛ ਮਾਰਦੀ ਕਰੀ। ਧਾਰਾ ਤੂੰ ਰੋਕ ਕੇ? ਹਾਂ, ਦੇਖ ਲਓ, ਆਜੋ ਸਰ, ਬੱਚਾ ਲਾਉਣ ਦੀ ਨਹੀਂ ਲੋੜ, ਮਾਰ ਦੇ ਧਾਰਾ। ਸੋ ਵੀਰੋ, ਧਾਰਾ ਆਪਾਂ ਮਾਰ ਕੇ ਦਿਖਾਉਂਦੇ ਹਾਂ, ਕੋਈ ਬੱਚਾ ਨਹੀਂ ਪਾਇਆ, ਕੋਈ ਨੈਰਾ ਨਹੀਂ ਪਾਇਆ। ਸੋ ਦੇਖੋ ਪੂਰੀ ਸਾਫ਼ ਸੁਥਰੀ, ਬਾਕੀ ਥਣਾ 'ਚ ਮਿੱਥੀ ਬਹੁਤ ਆ, ਹੈ ਨਾ? ਇਕੱਲਾ ਇਕੱਲਾ ਮਹੀਆਂ ਨਾਲ ਦਾ ਸਾਨੂੰ ਲੱਗਿਆ, ਦੇਖੋ ਬੱਚਾ ਨਹੀਂ ਪਾਇਆ, ਨਿਆਣਾ ਨਹੀਂ ਪਾਇਆ। ਅੰਦਾਜ਼ਾ 18 ਲੀਟਰ ਮੰਨ ਕੇ ਲੈ ਰਹੇ? 18 ਬਲੂਨ ਦਾ ਦਿੱਤਾ ਹੋਇਆ ਮਾਲਕ ਸੌਂਹ ਖਾ ਗਏ। ਤੇ ਰੇਟ ਇਹਦਾ ਕੀ ਆ? ਰੇਟ ਇਹ ਆਪਾਂ 65,000 ਦੀ ਬੈਠ ਦੇ, ਮਾਨਦਾਨ ਹੋ ਜੂਗਾ ਧੋਰੀ ਬਾਹਰ ਨੂੰ। ਸੋ ਭਰਾ, ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ। ਦੂਜੇ ਸੂਏ ਕ੍ਰੋਸ ਬੈਡ ਸੂਈ ਆ, ਦੇਵਾਂਗੇ ਆਪਾਂ 62,000 ਦੀ, ਨਾ 65 ਦੀ, 65 ਦੀ ਸੋਰੀ। ਸੋ 65,000 ਦੀ ਵਿਰਕ ਦਾ ਬੈਡ ਦੇ ਦਾਂਗੇ, ਥਣ ਲੇਵਾ ਸੋਹਣਾ ਗੁੱਲੇ ਵਾਲਾ ਸਾਫ਼ ਸੁਥਰਾ। ਤੇ ਦੁੱਧ 18 ਤੋਂ ਪਾਰ ਮੰਨ ਕੇ ਲੈ ਲਿਓ। ਸੂਈ ਸਵਾਈ ਹੈ, ਜੇਰ ਵਗੈਰਾ, ਧਾਰ ਵਗੈਰਾ, ਨਿਆਣਾ ਪਾਓ ਨਾ ਪਿਓ, ਕੋਈ ਇਹਨੂੰ ਉਹ ਨਹੀਂ ਹੈਗਾ, ਗਰਮੀ ਵਾਲਾ ਤੋਹਫਾ ਹੈਗਾ, ਠੰਡੀ ਹੈ ਜਮਾ, ਹੈ ਨਾ? ਸੋ ਠੰਡੀ ਕ੍ਰੋਸ ਬੈਡ। ਤੇ ਅੱਗੇ ਬਾਈ ਜੀ ਗੱਲ ਕਰੇ ਦੂਜੇ ਨੰਬਰ ਦੇ ਆਪਾਂ। ਦੂਜਾ ਨੰਬਰ ਜੀ ਇਹ ਤੀਜਾ ਸੂਆ, ਆਪਾਂ ਨੂੰ ਮਾਲਕਾਂ ਨੇ ਰੀਜਨਲ ਤੀਜਾ ਸੂਆ ਕਿਹਾ। ਠੀਕ ਹੈ। ਹਲੇ 5 ਤਰੀਕ ਨੂੰ ਦਿਨ ਪੂਰੇ ਹੁੰਦਾ, ਠੰਡੀ ਸੀਲ ਹੈ ਜੀ, ਤੇਰੀ ਆਪਣਾ ਡੰਗਰ ਗਰਮ ਨਹੀਂ ਹੋਊ ਕਦੇ ਵੀ, ਠੰਡੀ ਸੀਲ ਆ। ਹਾਂ, ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ? ਦੁੱਧ ਦਾ 24 ਕਿਲੋ ਦੂਜੇ ਸੂਏ ਦਿੱਤਾ ਹੋਇਆ ਹੈਗਾ, ਮੰਨ ਕੇ ਚੱਲੋ ਉਹਨਾਂ ਕੁ ਮੰਨ ਕੇ ਲੈ ਲਏ ਬੰਦਾ। ਨਹੀਂ, ਇਹ ਇੱਥੇ 26-27 ਕਿਲੋ ਦੇ ਦੇਣਾ ਆਰਡਰ ਉਡਰ, ਦੇਖੋ ਓਨਾ ਹੀ ਮੂਹਰਿਆ, ਓਨਾ ਹੀ ਮੰਗ ਰਿਹਾ। ਭਾਅ ਇਹਦਾ ਕੀ ਰਹੂਗਾ? ਇਹ ਭਾਅ ਆਪਾਂ ਬੈਠ 70,000 ਦੀ ਦੇਣਾ ਜੀ, ਦੁੱਧ 25 ਲਵੇ ਲਾਉਣੇ ਵਾਲੀ। ਹਾਂ, ਤੇ ਦਿਨ 5-4 ਕੱਢ ਜੂ, ਹੈ ਨਾ? ਦਿਨ 5-4 ਦਾ ਕੱਢ ਜੂ ਭਾਅ। ਸੋ 4-5 ਦਿਨ ਕੱਢਦੀ ਆ। 5 ਤਰੀਕ ਨੂੰ ਮਾਲਕਾਂ ਨੇ ਦੇਣ ਪੂਰੇ ਕਿਹਾ ਹੈਗਾ। ਤੀਜਾ ਸੂਆ ਸੂਦੀ ਪਈ ਆ, ਹੈ ਨਾ? ਤੀਜਾ ਸੂਆ ਕੱਦ ਬੈਠ, ਤੇ ਵਜਨ ਵੁਜਨ ਬਹੁਤ ਆ, ਹੈ ਨਾ? ਬਹੁਤ ਆ, ਭਾਰੀ ਲੰਬੀ ਰਾਜੀ ਸਮੀ ਪਲੀ ਬਹੁਤ ਜ਼ਿਆਦੇ ਆ। ਇਹਦੀ ਕੀਮਤ ਹੈਗੀ ਆ 70,000 ਰੁਪਈਆ, ਤੇ ਸੂਆ ਸੂਦੀ ਹੈਗੀ ਤੀਜਾ। ਸੋ ਲੇਵਾ ਅੱਗੇ ਪਿੱਛੇ ਦਾ ਕੱਢੂ ਜਮਾਂ। ਸੋ ਮੂੰਹ ਮੱਥਾ ਦੇਖੋ, ਬਾਕੀ ਥਣਾਂ 'ਚ ਬਿੱਥੀ ਬੁੱਥੀ ਬਹੁਤ ਜ਼ਿਆਦੇ ਆ, ਕੱਦ ਕੱਢ ਬਹੁਤ ਆ, ਵੱਡੀ ਬਹਿੜ ਆ ਪੂਰੀ ਜਿੰਦ ਜਾਣ ਵਾਲੀ ਰਾਜੀ ਸਮੀ ਪਲੀ। ਤੇ ਅੱਗੇ ਬਾਈ ਜੀ ਤੀਜੇ ਨੰਬਰ ਤੇ ਬੈਠ ਦੇਖੀ ਨੇ ਕਰੋ, ਜਰਸੀ ਹੈ ਜੀ ਦੂਜਾ ਸੂਆ, ਜਰਸੀ ਆਪਣੀ ਕਾਲੇ ਰੰਗ ਜਾ ਗਈ, ਹੈ ਨਾ? ਹਾਂ ਜੀ, ਜਿਵੇਂ ਮਰਜ਼ੀ ਠੰਡੀ ਸੀ ਲੈ, ਬਥੇਰੀ ਆ ਲੋ, ਐਲੇ ਇੰਨੀ ਬਣਨਾ। ਕਿੰਨਾ ਦੁੱਧ ਪਾ ਦੂ? ਦੁੱਧ ਇਹਦਾ 23 ਕਿਲੋ ਪਨੂਣ ਦਾ ਦਿੱਤਾ ਹੋਇਆਗਾ। ਠੀਕ ਹੈ। ਹਾਂ, ਦਿਨ ਕਿਆ ਕੱਢ ਜੂਗੀ? ਦਿਨ ਵਾਲੇ ਹੈਗੇ 8-9 ਤਰੀਕ ਨੂੰ ਦਿਨ ਪੂਰੇ ਹੁੰਦੇ ਆ। ਭਾਅ ਇਹਦਾ ਕੀ ਰੱਖਿਆ? ਭਾਅ ਇਹਦਾ 75,000 ਦੀ ਦੇ ਦਾਂਗੇ। ਥਣਾ ਥਣਾ ਦੇ ਓਕੇ ਆ? ਜਮਾ ਓਕੇ ਆ, ਹੱਥ ਬਿਨਾਂ ਦਾ ਵੀ ਕੋਈ ਭਣਾ ਹੀ ਮਗਾ ਲੇ ਬੰਦਾ। ਸੋ 75,000 ਦੀ ਦੁੱਧ ਮੰਨ ਕੇ ਲੈ ਲੇ ਬੰਦਾ, 25-26 ਕਿਲੋ ਮੁੱਲ 75,000। ਸੋ ਕੱਦ ਬੈਡ ਬਹੁਤ ਆ, ਜਿੰਦ ਜਾਣ ਰਾਜੀ ਸਮੀ ਪਲੀ ਵੀ ਬਹੁਤ ਆ, ਤੇ ਸੂਆ ਸੂੰਦੀ ਆ ਦੂਆ, ਏ ਦੂਆ ਸੂਆ ਬੈਡ ਸੂੰਦੀ ਆ, ਸਾਫ਼ ਸੁਥਰੀ ਪੂਰੀ ਓਕੇ ਆ ਚਾਰੇ ਪਾਸੋਂ, ਕਿਸੇ ਪਾਸੇ ਹੱਥ ਧਰਾ ਨਹੀਂ। ਅੱਗੇ ਆਪਾਂ ਚੌਥੇ ਨੰਬਰ ਤੇ ਦੇਖੀ ਜਾਂਦੇ ਬੈਡ ਜੀ। ਚੌਥਾ ਨੰਬਰ ਇਹ ਵੀ ਸੂਆ ਦੂਜਾ ਹੀ ਆ, ਇਹਦਾ ਪਲੂਣ ਦਾ 14 ਕਿਲੋ ਦੁੱਧ ਦਿੱਤਾ ਹੋਇਆਗਾ, ਜਰਸੀ ਅੰਗ ਜਾ ਗਿਆ, ਇਹ ਵੀ ਠੰਡੀ ਸੀਲ ਬਥੇਰੀ ਆ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਠੀਕ ਹੈ। ਤੇ ਕਿਆ ਇੱਕ ਦਿਨ ਕੱਢਦੀ ਆ ਇਹ? ਦੇਣੇ ਇਹ ਵੀ ਹਲੇ ਹਫ਼ਤਾ ਕੱਢ ਦੂਗੀ, ਹਫ਼ਤਾ ਸੂਣ ਚ ਬਾਕੀ ਪਿਆ, ਦੁੱਧ ਐਤਕੀ ਕਿੰਨਾ ਮੰਨ ਕੇ ਲੈ ਬੰਦਾ? 37-18 ਕਿਲੋ
ਭਾਜ ਦਾ ਕੀ 17 ਦਾ ਜਮੀ ਦੇ ਦੇਣਾ, ਭਾਜ ਦਾ ਭਾਜ ਇਹ 57,000 ਦੀ ਦੇ ਦਾਂਗੇ ਧੋਰੀ ਵੀਰਵਾਰ ਨੂੰ। ਸੋ 57,000 ਦੀ ਚੌਥੇ ਨੰਬਰ ਵਾਲੀ ਬੈੜ ਦੁੱਧ 16-17 ਵਾਲੀ ਹੈ ਨਾ, ਕਰੋਸ ਬੱਚੇ। ਬਾਕੀ ਜਿਹੜੇ ਪਤਖਾਈਆਂ ਇਹ ਮਨ ਕੇ ਹੈ ਗਰਮੀ ਵਾਲੇ ਤੋਹਫੇ, ਗਰਮੀ ਵਾਲੇ ਤੋਹਫੇ ਆਪਾਂ ਲੈਣੀ ਹੁਣ ਗਰਮੀ ਕਰਕੇ ਗਰਮੀ ਵਾਲੀ ਹੀ ਲੈਣੇ। ਠੀਕ ਹੈ, ਜੋ ਜਿਵੇਂ ਗਰਮੀ ਵਿੱਚ ਕੁੜਤਾ ਪਜਾਮਾ ਤੇ ਲੋਅਰ ਟੀ ਸ਼ਰਟ ਚੰਗੀ ਲੱਗਦੀ ਹੈ ਉਸ ਟਾਈਪ ਦੇ ਪਸੂਆ। ਨੰਬਰ ਕਿੰਨਾ ਆਪਣਾ? 62837-92204, ਪਿੰਡ ਚੀਮਾ ਜ਼ਿਲ੍ਹਾ ਬਰਨਾਲਾ। ਵੀਡੀਓ ਦੇਖ